ਕਰ ਦੇਈਏ। ਜਕਾਰਾ ਵਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਤਨ ਧਰਤੀ ਉਹ ਥਾਨ, ਤਨ ਗੁਰ ਸਿੱਖ ਸਾਧੂ ਪੈਰ ਤਰਨ ਦਾ, ਚਰਨ ਧੂੜ ਪਰਦਾਨ ਕਰ, ਸੰਤ ਬੇਦ ਜਸ ਗਾਏ ਸੁਨੰਦਾ, ਧੰਨ 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 ਜਨ ਆਇਆ, ਜਿਹੇ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ, ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ, ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆ। ਪਰਮ ਪੂਜੀਏ ਪਾਤਸ਼ਾਹ ਹਵਾਲੀਏ ਕੋ ਲਾਲਮ, ਹਜ਼ੂਰੇ ਅਨਵਰ ਸ਼ਾਹੀ ਸ਼ਹਿਨਸ਼ਾਹ, ਛਤਰ ਚਵਰ ਤਖਤ ਦੇ ਮਾਲਿਕ, ਰੂਹਾਨੀਅਤ ਦੇ ਮੁਜੱਸਮੇ, ਕਲਯੁੱਗ ਦੇ ਬੋਹਿਤ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ
ਗੁਰੂ ਪਿਆਰ ਵਾਲੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਬਹੁਤ ਹੀ ਸਤਿਕਾਰਯੋਗ ਤਤ ਵੇਤੇ ਮਹਾਂਪੁਰਖ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਸ਼ ਸੰਤ ਬਾਬਾ ਵੀਰ ਸਿੰਘ ਜੀ, ਤਿਨ੍ਹਾਂ ਦੇ 250 ਸਾਲਾ ਜਨਮ ਦਿਹਾੜੇ ਨੂੰ ਮਨਾਉਣ ਦੇ ਵਾਸਤੇ ਵੱਡੀ ਗਿਣਤੀ ਵਿੱਚ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ, ਜਿੱਥੇ ਬੇਅੰਤ ਗੁਰੂ ਕੇ ਰਾਗੀ ਸਾਹਿਬਾਨ, ਢਾਡੀ ਸਾਹਿਬਾਨ, ਕਵੀਸ਼ਰੀ ਸਾਹਿਬਾਨ ਹਾਜ਼ਰ ਨੇ, ਉੱਥੇ ਪੰਥ ਦੇ ਮਹਾਨ ਸ਼ਖਸੀਅਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਮਹਾਨ ਪਰਉਪਕਾਰੀ ਸੰਗਤਾਂ ਵਿੱਚ ਹਾਜ਼ਰ ਨੇ, ਮਹਾਂਪੁਰਸ਼ ਨਾਮ ਬਾਣੀ ਦੇ ਰਸੀਏ, ਸੇਵਾ ਸਿਮਰਨ ਅਭਿਆਸੀ ਮਹਾਂਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ, ਗੁਰੂ ਕੇ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ, ਸੰਗਤਾਂ ਵਿੱਚ ਤਸ਼ਰੀਫ ਫੁਰਮਾ ਨੇ, ਔਰ ਇਸ ਅਸਥਾਨ ਦੇ ਮੁੱਖ ਪ੍ਰਬੰਧਕ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ, ਜੋ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਮਹਾਨ ਪਰਉਪਕਾਰੀ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਵਿਧੀ ਚੰਦ ਸੰਪਰਦਾਇ ਦੇ ਮੁਖੀ, ਉਹਨਾਂ ਦੇ ਨਾਲ ਮਿਲ ਕੇ ਸੰਗਤਾਂ ਦੇ ਨਾਲ ਸਹਿਯੋਗੀ ਹੋ ਕੇ ਇਹ 250 ਸਾਲਾ ਜਨਮ ਦਿਹਾੜਾ ਮਨਾ ਰਹੇ ਨੇ। ਗਿਆਨੀ ਗੁਰਮੁਖ ਸਿੰਘ ਜੀ ਮਹਾਨ ਗੁਰੂ ਕੇ, ਕਵੀਸ਼ਰ ਸਿੰਘ ਗਿਆਨੀ ਗੁਰਨਾਮ ਸਿੰਘ ਜੀ ਕਵੀਸ਼ਰ ਸਿੰਘ ਹਾਜ਼ਰ ਨੇ। ਆਓ ਮਹਾਂਪੁਰਸ਼ਾਂ ਦੇ ਹੁਕਮ ਦੇ ਅਨੁਸਾਰ ਕੁਝ ਸਮੇਂ ਦੀ ਹਾਜ਼ਰੀ ਪ੍ਰਵਾਨ ਕਰਨੀ। ਪਿਆਰ ਸਤਿਕਾਰ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਵਿੱਚ ਬੜੀਆਂ ਪਿਆਰੀਆਂ ਪੰਕਤੀਆਂ ਬਖਸ਼ਿਸ਼ ਕੀਤੀਆਂ ਨੇ। ਹਉ ਬਲਿਹਾਰੀ ਸੰਤ ਤੇਰੇ ਨਿਰਮਲ, ਜਿਨ ਦੇਖਾ ਹੈ ਸਭ ਉਤਰੈ ਹੈ ਕਾਲਮਲ, ਕਿ ਹੇ ਵਾਹਿਗੁਰੂ ਹੇ ਨਿਰੰਕਾਰ ਪ੍ਰਭੂ, ਮੈਂ ਬਲਿਹਾਰ ਹਾਂ ਕੁਰਬਾਨ ਹਾਂ ਕਿਹਨਾਂ ਤੋਂ, ਜਿਹੜੇ ਤੇਰੇ ਨਿਰਮਲ ਸੰਤ ਨੇ, ਨਿਰਮਲ ਭਾਵ ਵਾਲੇ ਨੇ, ਉਹਨਾਂ ਤੋਂ ਕਿਉਂ ਕੁਰਬਾਨ ਬਲਿਹਾਰ ਹਾਂ। ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਜਨਮ ਜਨਮਾਤਰਾਂ ਦੇ ਪਾਪ ਲੈ ਜਾਂਦੇ ਨੇ, ਜਨਮ ਜਨਮਾਤਰਾਂ ਦੇ ਪਾਪ ਕੱਟੇ ਜਾਂਦੇ ਨੇ। ਔਰ ਜਿਸ ਮਹਾਂਪੁਰਸ਼ ਸੰਤ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਦਾ ਅਸੀਂ 250 ਸਾਲਾ ਜਨਮ ਦਿਹਾੜਾ ਮਨਾ ਰਹੇ ਹਾਂ, ਆਪ ਜੀ ਉਹਨਾਂ ਦੇ ਇਲਾਕੇ ਦੇ ਨਾਲ ਸੰਬੰਧਿਤ ਉਦਾਸ ਨਾਲ ਬਹੁਤਾ ਕੁਝ ਜਾਣਦੇ ਹੋ। ਕਿਤਨੀ ਮਾਤਾ ਪਿਤਾ ਦੀ ਤਪੱਸਿਆ ਹੋਵੇਗੀ, ਕਿਤਨੀ ਬੰਦਗੀ ਹੋਵੇਗੀ,
ਜਿਨ੍ਹਾਂ ਦੇ ਗ੍ਰਹਿ ਵਿਖੇ ਮਹਾਂਪੁਰਸ਼ਾਂ ਨੇ ਜਨਮ ਲਿਆ, ਕਿਉਂਕਿ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਤਖਤਾਂ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਨੇ ਗੱਗੋ ਬੂਹੇ ਨਗਰ ਨੂੰ ਇੱਕ ਵਰ ਬਖਸ਼ਿਸ਼ ਕੀਤਾ ਸੀ ਕਿ ਤੁਹਾਡੇ ਨਗਰ ਵਿੱਚ ਐਸਾ ਸੰਤ ਮਹਾਂਯੋਧਾ, ਮਹਾਨ ਪਰਉਪਕਾਰੀ ਨਾਮ ਬਾਣੀ ਦਾ ਰਸੀਆ ਪੈਦਾ ਹੋਵੇਗਾ ਜੋ ਸਾਰੇ ਸੰਸਾਰ ਵਿੱਚ ਨਗਰ ਦਾ ਨਾਮ ਉਜਾਗਰ ਕਰ ਦੇਵੇਗਾ। ਕਿਸੇ ਨਗਰ ਦੇ ਵਿੱਚ ਕੋਈ ਸੰਤ ਮਹਾਂਪੁਰਸ਼, ਕੋਈ ਸੂਰਮਾ ਪੈਦਾ ਹੋਵੇ ਤਾਂ ਨਗਰ ਦਾ ਨਾਮ ਉਜਾਗਰ ਕਰ ਦਿੰਦਾ ਹੈ। ਅਗਰ ਕੋਈ ਨਗਰ ਦੇ ਵਿੱਚ ਮਾੜਾ ਪੁਰਸ਼ ਪੈਦਾ ਹੋ ਜਾਏ ਤਾਂ ਨਗਰ ਦਾ ਨਾਮ ਮਿੱਟੀ ਵਿੱਚ ਮਿਲਾ ਦਿੰਦਾ ਹੈ। ਔਰ ਮਹਾਂਪੁਰਸ਼ ਸੰਤ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਸੇਵਾ ਸਿੰਘ ਜੀ, ਸਤਿਕਾਰਯੋਗ ਮਾਤਾ ਧਰਮ ਕੌਰ ਜੀ, ਤਿੰਨਾਂ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਸੌਵਨ ਸੁਦੀ 3 ਬੁੱਧਵਾਰ ਨੂੰ ਮਹਾਂਪੁਰਸ਼ਾਂ ਨੇ ਇਹ ਸੰਸਾਰ ਦੇ ਉੱਤੇ ਜਨਮ ਲਿਆ। ਕਿਉਂਕਿ ਐਸੇ ਜਿਹੜੇ ਮਹਾਂਪੁਰਸ਼ ਸੱਤ ਪੁਰਸ਼ ਨੇ ਨਾ, ਉਹ ਪਰਮੇਸ਼ਰ ਦੇ ਭੇਜੇ ਹੋਏ ਸੰਸਾਰ ਦੇ ਉੱਤੇ ਆਉਂਦੇ ਨੇ। ਨਿਰੰਕਾਰ ਆਪਣੀ ਡਿਊਟੀ ਲਾ ਕੇ ਉਹਨਾਂ ਨੂੰ ਸੰਸਾਰ ਦੇ ਉੱਤੇ ਭੇਜਦਾ ਹੈ। ਔਰ ਜਿਸ ਪ੍ਰਕਾਰ ਇਤਿਹਾਸਕਾਰਾਂ ਨੇ ਲਿਖਿਆ ਕਿ ਨਗਰ ਦੇ ਬਾਬਾ ਜੀ ਦੇ ਪਾਸੋਂ ਗੁਰਮਤ ਦੀ ਵਿੱਦਿਆ ਪ੍ਰਾਪਤ ਕੀਤੀ, ਵਿਦਾਂਤ ਦੀ ਵਿੱਦਿਆ ਵੀ ਪ੍ਰਾਪਤ ਕੀਤੀ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ, ਅਤੇ ਜਿਸ ਤਰ੍ਹਾਂ ਉਹਨਾਂ ਸਮਿਆਂ ਵਿੱਚ ਪਿਤਾ ਪੁਰਖੀ ਕਿੱਤਾ ਵੀ ਹੁੰਦਾ ਸੀ ਫੌਜ ਦੀ ਨੌਕਰੀ ਕਰਨੀ। ਕਹਿੰਦੇ ਬਾਬਾ ਜੀ ਵੀ ਫੌਜ ਦੇ ਵਿੱਚ ਭਰਤੀ ਹੋ ਗਏ, 4 ਸਾਲ ਦੀ ਅਜੇ ਸਰਵਿਸ ਹੈ। ਅਤੇ ਬਾਬਾ ਜੀ ਨੇ ਆਪਣੇ ਨਗਰ ਵਿੱਚ ਇੱਕ ਬਹੁਤ ਵੱਡਾ ਡਾਕੂਆਂ ਨਾਲ ਮੁਕਾਬਲਾ ਕੀਤਾ ਸੀ, ਜਿਸ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਮਹਾਂਪੁਰਸ਼ਾਂ ਨੂੰ ਸੱਦ ਕੇ ਬਹੁਤ ਵੱਡਾ ਮਾਣ ਅਤੇ ਸਨਮਾਨ ਕੀਤਾ ਸੀ। ਫੌਜ ਦੀ ਨੌਕਰੀ ਕਰ ਰਹੇ ਨੇ ਅਤੇ ਨੌਕਰੀ ਕਰਦਿਆਂ ਕਰਦਿਆਂ ਇੱਕ ਵਾਰੀ ਜੰਗ ਦੇ ਵਿੱਚ ਐਸਾ ਜੂਝੇ ਨੇ ਕਿ ਦੁਸ਼ਮਣਾਂ ਦੇ ਕਾਫੀ ਅੰਦਰ ਚਲੇ ਗਏ ਲੜਦੇ ਲੜਦੇ ਮੁਸਲਮਾਨਾਂ ਦੇ ਵਿੱਚ। ਇਤਿਹਾਸਕਾਰ ਜਿਨ੍ਹਾਂ ਨੇ ਇਤਿਹਾਸ ਲਿਖੇ ਹੈ, ਬੀਰ ਮਰਗੇਸ਼ ਦੇ ਵਿੱਚ ਵੀ ਲਿਖੇ ਹੋਏ ਨੇ, ਯਾਨੀ ਪ੍ਰਤਾਪ ਸਿੰਘ ਜੀ ਵੀ, ਹੋਰ ਵੀ ਲਿਖਾਰੀਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਕਹਿੰਦੇ ਲੜਦਿਆਂ ਲੜਦਿਆਂ ਦੁਸ਼ਮਣਾਂ ਦੇ ਅੰਦਰ ਚਲੇ ਗਏ ਫੌਜ ਦੇ, ਅਤੇ ਲੜਦਿਆਂ ਲੜਦਿਆਂ ਜਿਹੜਾ ਖੰਡਾ ਸੀ ਉਹ ਵੀ ਸ਼ਹੀਦ ਹੋ ਗਿਆ, ਟੁੱਟ ਗਿਆ ਖੰਡਾ, ਖੰਡਾ ਵੀ ਕੋਲ ਨਹੀਂ ਰਿਹਾ, ਸ਼ਸਤਰਹੀਨ ਹੋ ਗਏ ਨੇ, ਵੈਰੀਆਂ ਦੀ ਫੌਜ ਦੇ ਵਿੱਚ ਘਿਰੇ ਹੋਏ ਨੇ। ਅਤੇ ਉਸ ਸਮੇਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕਿਉਂਕਿ ਮੇਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਪਿਆਰੇ ਬਖਸ਼ਣ ਬਖਸ਼ਿਸ਼ ਕਰਦੇ ਨੇ, ਜਾਂ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ।
ਮਾਲਕ ਨੂੰ ਯਾਦ ਕੀਤਾ ਹੈ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਕਹਿੰਦੇ ਮਹਾਂਪੁਰਸ਼ਾਂ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਦੁਸ਼ਮਣਾਂ ਦੀ ਫੌਜ ਵਿੱਚੋਂ ਇਉਂ ਬਾਹਰ ਕੱਢ ਲਿਆਂਦਾ ਜਿਵੇਂ ਮੱਖਣ ਵਿੱਚੋਂ ਵਾਲ ਕੱਢ ਲਈਦਾ ਹੈ। ਮਹਾਂਪੁਰਸ਼ਾਂ ਨੇ ਆਪ ਆਪਣੇ ਸਾਥੀਆਂ ਦੇ ਪਾਸ ਆ ਕੇ ਬਚਨ ਕਹੇ, ਐਸਾ ਮਨ ਦੇ ਉੱਤੇ ਪ੍ਰਭਾਵ ਪਿਆ। ਜਿਤਨੇ ਵੀ ਅਸੀਂ ਸੰਤ ਮਹਾਂਪੁਰਸ਼ ਦੇਖਦੇ ਹਨ, ਬਹੁਤ ਵੱਡੇ ਵੱਡੇ ਕਰਨੀ ਵਾਲੇ, ਬਹੁਤ ਸਤਿਕਾਰਯੋਗ, ਚਾਹੇ ਮਹਾਂਪੁਰਸ਼ ਸੰਤ ਬਾਬਾ ਗੁਰਮੁਖ ਸਿੰਘ ਜੀ ਸੀ, ਸੰਤ ਬਾਬਾ ਅਤਰ ਸਿੰਘ ਜੀ ਸੀ, ਜਿੰਨੇ ਕੁ ਕਿੰਨੇ ਕੁ ਸੰਤਾਂ ਦੇ ਨਾਮ ਲਈਏ ਅਤੇ ਫੌਜ ਦੇ ਵਿੱਚ ਸਰਵਿਸ ਕਰਦੇ ਹਾਂ, ਭਗਤੀ ਕਰਦੇ, ਆਪਣੇ ਡਿਊਟੀ ਕਰਦਿਆਂ ਭਗਤੀ ਕਰਦਿਆਂ ਸੰਤ ਸਿਪਾਹੀ ਬਣ ਗਏ। ਪਹਿਲੇ ਸਿਪਾਹੀ ਫਿਰ ਸੰਤ ਬਣ ਗਏ, ਸ਼ਸਤਰਧਾਰੀ ਹੋਣ ਦੇ ਨਾਲ ਸ਼ਾਸਤਰਧਾਰੀ ਬਣ ਗਏ। ਬਹੁਤ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਜੱਸਾ ਸਿੰਘ ਜੀ ਬੁੱਢਾ ਦਲ ਦੇ ਵੱਲੋਂ, ਮਹਾਂਪੁਰਸ਼ ਸੰਤ ਬਾਬਾ ਬਲਵੀਰ ਸਿੰਘ ਜੀ ਉਹਨਾਂ ਦੀ ਹਾਜ਼ਰੀ ਲਵਾਉਣ ਵਾਸਤੇ ਵੀ ਹਾਜ਼ਰ ਹੋਏ ਨੇ, ਕਿਉਂਕਿ ਮਹਾਂਪੁਰਸ਼ਾਂ ਦੇ ਨਾਲ ਸਾਰਿਆਂ ਦਾ ਬਹੁਤ ਪਿਆਰ ਹੈ। ਔਰ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ, ਵਿਦੇਸ਼ਾਂ ਵਿੱਚ ਵੀ ਜਾ ਕੇ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਜੋੜਿਆ। ਔਰ ਉਹ ਮਹਾਂਪੁਰਸ਼ ਆਏ ਨੇ ਜੀ, ਉਹ ਆਇਆਂ ਨੂੰ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਤਨੇ ਮਹਾਂਪੁਰਸ਼ ਨੇ ਪਹਿਲਾਂ ਫੌਜ ਵਿੱਚ ਉਹਨਾਂ ਨੇ ਨੌਕਰੀ ਕੀਤੀ, ਫਿਰ ਸੰਤ ਬਣੇ ਨੇ, ਅਤੇ ਜਦੋਂ ਸੰਤ ਬਣ ਗਏ ਨੇ ਨਾ, ਬੰਦਗੀ ਦੇ ਵਿੱਚ ਲੱਗ ਗਏ, ਫੌਜ ਦੀ ਨੌਕਰੀ ਛੱਡ ਦਿੱਤੀ। ਅਤੇ ਕਹਿੰਦੇ ਨੌਕਰੀ ਛੱਡ ਕੇ ਜਦੋਂ ਇੱਕ ਵਾਰੀ ਘਰ ਆਏ ਨੇ ਨਾ, ਅਤੇ ਆਣ ਕੇ ਆਪਣੇ ਨਗਰ ਦੇ ਵਿੱਚ ਹੀ ਨਾਮ ਬਾਣੀ ਦਾ ਪ੍ਰਚਾਰ ਕਰ ਰਹੇ ਨੇ, ਆ ਗੱਗੋ ਬੂਹੇ ਦੇ ਵਿੱਚ ਹੀ। ਇੱਕ ਵਾਰੀ ਸੰਗਤ ਬਹੁਤ ਆ ਗਈ ਨਗਰ ਦੇ ਵਿੱਚ, ਦਰਸ਼ਨ ਕਰਨ ਵਾਸਤੇ ਜਾ ਰਹੇ ਸਨ, ਅਤੇ ਗੱਗੋ ਬੂਹੇ ਨਗਰ ਵਿੱਚ ਸੰਗਤਾਂ ਨੇ ਉਤਾਰਾ ਕੀਤਾ ਹੈ, ਅਤੇ ਉਸ ਨਗਰ ਦੇ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕਰਨਾ ਸ਼ੁਰੂ ਕੀਤਾ ਬਾਬਾ ਜੀ ਨੇ। ਲੰਗਰ ਤਿਆਰ ਕਰਦੇ ਸਨ ਅਤੇ ਬਰਸਾਤ ਸ਼ੁਰੂ ਹੋ ਗਈ, ਬਰਸਾਤ ਦੇ ਕਾਰਨ ਬਾਲਣ ਗਿੱਲਾ ਹੋ ਗਿਆ, ਲੰਗਰ ਪੱਕਣ ਵਿੱਚ ਦੇਰੀ ਹੋ ਰਹੀ ਸੀ, ਸਮਾਂ ਲੱਗ ਰਿਹਾ ਸੀ, ਅਤੇ ਐਡੇ ਮਹਾਨ ਪਰਉਪਕਾਰੀ ਇਤਿਹਾਸਕਾਰ ਲਿਖਦੇ ਨੇ ਕਿ ਘਰ ਦੇ ਜਿਹੜੇ ਬੂਹੇ ਸੀ ਨਾ, ਬਾਰੀਆਂ ਸੀ, ਉਹੀ ਪੁੱਟ ਪੁੱਟ ਕੇ ਤਖਤੇ ਜਿਹੜੇ ਸੀ ਅੱਗ ਵਿੱਚ ਬਾਲ ਦਿੱਤੇ, ਕੜੀਆਂ ਬਾਲ ਦਿੱਤੀਆਂ। ਅਤੇ ਜਦੋਂ ਐਸਾ ਦੇਖਿਆ, ਮਾਂ ਦੇ ਮਨ ਵਿੱਚ ਥੋੜ੍ਹਾ ਜਿਹਾ ਮਲਾਲ ਆ ਗਿਆ, ਗੁੱਸਾ ਵੀ ਆ ਗਿਆ। ਮਾਂ ਦਾ ਦਰਜਾ ਬਹੁਤ ਉੱਚਾ ਹੈ, ਮਾਂ ਦਾ ਦਰਜਾ ਬਹੁਤ ਉੱਚਾ ਹੈ, ਕਿਹਾ ਹੀ ਨਹੀਂ ਜਾ ਸਕਦਾ, ਸਮਾਂ ਨਹੀਂ ਇਸ ਪਾਸੇ ਜਾਵਾਂ। ਅਤੇ ਮਾਂ ਨੇ ਕਹਿ ਦਿੱਤਾ, ਵੀਰ ਸਿਆਂ ਤੇਰੀ ਅਸੀਂ ਕੀ ਖੱਟੀ ਖਵਾ ਖੱਟੀ ਕੀ ਖਾਧੀ ਹੈ, ਅਤੇ ਤੂੰ ਤਾਂ ਸਾਡੇ ਬੂਹੇ ਬਾਰੀਆਂ ਬਾਲਣੇ ਸ਼ੁਰੂ ਕਰ ਦਿੱਤੇ, ਦੇਣਾ ਤਾਂ ਕੀ ਸੀ, ਕੱਲ੍ਹ ਨੂੰ ਕੀ ਕਰੇਗਾ, ਤੇਰੇ ਵਾਸਤੇ ਚਾਰੇ ਚੱਕ ਖੁੱਲ੍ਹੇ ਨੇ, ਤੇਰੀਆਂ ਜਗੀਰਾਂ ਜਿੱਧਰ ਨੂੰ ਮਰਜ਼ੀ ਚਲੇ ਜਾ। ਕਹਿੰਦੇ ਬਾਬਾ ਜੀ ਹੱਸ ਪਏ, ਹੱਸ ਕੇ ਕਹਿਣ ਲੱਗੇ, ਮਾਂ ਜੀ ਤੁਸੀਂ ਬਹੁਤ ਪਰਉਪਕਾਰ ਕੀਤਾ ਮੇਰੇ 'ਤੇ, ਆਪ ਹੀ ਮੈਨੂੰ ਬਖਸ਼ਿਸ਼ ਕਰ ਦਿੱਤੀ ਹੈ, ਆਪ ਹੀ ਮੈਨੂੰ ਆਗਿਆ ਬਖਸ਼ਿਸ਼ ਕਰ ਦਿੱਤੀ। ਅਤੇ ਬਾਬਾ ਵੀਰ ਸਿੰਘ ਜੀ ਆਪਣੇ ਘਰੋਂ ਤੁਰ ਪਏ ਨੇ।
ਅਤੇ ਘਰੋਂ ਚੱਲ ਕੇ ਭਾਗ ਸਿੰਘ ਜੀ ਕੁਰੀ ਵਾਲੇ ਬੜੇ ਮਹਾਂਪੁਰਸ਼ ਹੋਏ ਨੇ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਜਥੇਦਾਰ ਸਾਹਿਬ ਸਾਬਕਾ ਕਈ ਵਾਰੀ ਮਹਾਂਪੁਰਸ਼ਾਂ ਦੀਆਂ ਬੜੀਆਂ ਕਥਾ ਕਹਾਣੀਆਂ ਸਰਵਣ ਕਰਵਾਉਂਦੇ ਨੇ। ਮਹਾਂਪੁਰਸ਼ ਸੰਤ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਬੜੀ ਬੰਦਗੀ ਵਾਲੀ ਰੂਹ ਸੀ ਅਤੇ ਉਹਨਾਂ ਦੇ ਪਾਸ ਚਲੇ ਗਏ, ਸੇਵਾ ਵਿੱਚ ਜਾ ਕੇ ਹਾਜ਼ਰ ਹੋ ਗਏ। ਜਦੋਂ ਸੇਵਾ ਕਰਦਿਆਂ ਕਰਦਿਆਂ ਕੁਝ ਸਮਾਂ ਬਤੀਤ ਹੋਇਆ ਨਾ, ਅਤੇ ਮਹਾਂਪੁਰਸ਼ ਕਹਿਣ ਲੱਗੇ ਬਾਬਾ ਵੀਰ ਸਿੰਘ ਜੀ ਨੂੰ ਕਿ ਹੁਣ ਤੁਸੀਂ ਬਾਬਾ ਸਾਹਿਬ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਦੇ ਕੋਲ ਜਾਓ। ਉਹਨਾਂ ਦੇ ਕੋਲ ਪਹੁੰਚ ਗਏ ਕਿਉਂਕਿ ਦਰਸ਼ਨ ਕੀ ਪਿਆਸ ਜਿਸ ਨਾਰ ਹੋਏ। ਜਿਸ ਮਨੁੱਖ ਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੁੰਦੀ ਹੈ ਨਾ, ਉਹ ਆਪਣੇ ਦਰਸ਼ਨਾਂ ਦੀ ਪਿਆਸ ਬੁਝਾਉਣ ਵਾਸਤੇ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਸੇ ਲਈ ਸਾਹਿਬਾਂ ਨੇ ਵੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਚਨ ਕੀਤੇ ਕਹੇ ਨੇ, ਦਰਸ਼ਨ ਪਿਆਸੀ ਦਿਨ ਸ ਰਾਤ, ਚਿਤਵਾਂ ਅਨ ਦਿਨ ਨੀਤ, ਖੋਲ ਕਪੱਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਂਪੁਰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਉਹਨਾਂ ਸਾਹਿਬ ਵਾਲਿਆਂ ਦੀ ਸੇਵਾ ਵਿੱਚ ਚਲੇ ਗਏ, ਬੇਅੰਤ ਸੇਵਾਵਾਂ ਕੀਤੀਆਂ। ਸੇਵਾ ਕਰਦਿਆਂ ਉੱਤੇ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੋ ਗਈ, ਬੇਅੰਤ ਵਰ ਬਖਸ਼ਿਸ਼ ਕੀਤੇ ਮਹਾਂਪੁਰਸ਼ਾਂ ਨੂੰ ਅਤੇ ਕਹਿਣ ਲੱਗੇ ਹੁਣ ਜਾਓ ਵੀਰ ਸਿਆਂ, ਗੁਰਮਤਿ ਦਾ ਪ੍ਰਚਾਰ ਕਰੋ ਜਾ ਕੇ। ਅਤੇ ਫਿਰ ਮਹਾਂਪੁਰਸ਼ ਉੱਥੋਂ ਆਏ ਨੇ, ਉੱਥੋਂ ਆ ਕੇ ਨਾ ਜਦੋਂ ਨਗਰ ਵਿੱਚ ਪਹੁੰਚੇ ਨੇ ਅਤੇ ਆਪਣੇ ਨਗਰ ਵਿੱਚ ਬਾਹਰ ਖੂਹ ਦੇ ਕਮਰੇ 'ਤੇ ਬੈਠ ਗਏ, ਕਹਿੰਦੇ ਇਤਿਹਾਸ ਨੇ ਲਿਖਿਆ, ਖੂਹ ਵਿੱਚ ਬੈਠੇ ਨੇ ਅਤੇ ਮਾਤਾ ਵੀ ਔਰ ਭਾਈ ਵੀ, ਇਹਨਾਂ ਦੇ ਭਾਈ ਗੁਰਮੁਖ ਸਿੰਘ ਜੀ ਵੀ ਬੜੇ ਬਹਾਦਰ ਸੂਰਮੇ ਸੀ, ਉਹਨਾਂ ਨੇ ਕਈ ਵਾਰੀ ਇਹਨਾਂ ਨੂੰ ਤਾਨੇ ਮਿਹਣੇ ਦੇਣੇ ਕਿ ਵਿਹਲਾ ਬੈਠਾ ਰਹਿੰਦਾ, ਮੱਖੀਆਂ ਮਾਰਦਾ ਰਹਿੰਦਾ। ਇੱਕ ਵਾਰੀ ਕਹਿੰਦੇ ਬਰਸਾਤ ਨਹੀਂ ਹੋਈ, ਮੀਂਹ ਬਹੁਤ ਘੱਟ ਪਿਆ, ਫਸਲਾਂ ਸੁੱਕ ਰਹੀਆਂ ਸਨ ਅਤੇ ਭਰਾ ਆ ਕੇ ਕਹਿਣ ਲੱਗੇ ਵੀਰ ਸਿਆਂ ਇੱਥੇ ਵਿਹਲਾ ਮੱਖੀਆਂ ਮਾਰਦਾ ਹੈ, ਜਾਂ ਮਾਲੂਵਾਲ ਤੋਂ ਜਾ ਕੇ ਟਿੰਡਾਂ ਲੈ ਆ। ਅਤੇ ਬਾਬਾ ਜੀ ਟਿੰਡਾਂ ਲੈਣ ਵਾਸਤੇ ਚਲੇ ਗਏ ਅਤੇ ਦਰਸ਼ਨਾਂ ਦੀ ਪਿਆਸ, ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਜਾਂਦੇ ਨੇ। ਕਹਿੰਦੇ ਦਰਸ਼ਨ ਕਰਨ ਵਾਸਤੇ ਅੱਗੇ ਵੀ ਜਾਂਦੇ ਸੀ, ਬਾਬਾ ਸਾਹਿਬ ਦਿੱਤਾ ਜੀ ਦੇ ਪਾਸ ਪਹੁੰਚ ਗਏ ਨੇ। ਜਦੋਂ ਬਾਬਾ ਸਾਹਿਬ ਦਿੱਤਾ ਜੀ ਦੇ ਪਾਸ ਪਹੁੰਚੇ, ਉਹ ਅੱਗੋਂ ਕਰਨੀ ਵਾਲੇ ਜਾਣੀ ਜਾਣ ਸਨ, ਮਨ ਦੀਆਂ ਗੱਲਾਂ ਜਾਣਦੇ ਸੀ। ਕਹਿਣ ਲੱਗੇ ਵੀਰ ਸਿਆਂ ਬੜਾ ਪਰੇਸ਼ਾਨ ਜਿਹਾ ਲੱਗਦਾ, ਕੀ ਗੱਲ ਹੈ? ਉਹਨਾਂ ਨੇ ਸਾਰੀ ਗੱਲ ਸਮਝਾ ਦਿੱਤੀ, ਬੇਨਤੀ ਕਰ ਦਿੱਤੀ ਅਤੇ ਕਹਿਣ ਲੱਗੇ ਵੀਰ ਸਿਆਂ ਤੂੰ ਤਾਂ ਰਿਧੀਆਂ ਸਿੱਧੀਆਂ ਦਾ ਮਾਲਕ ਹੈ, ਤੇਰੇ ਕੋਲ ਤਾਂ ਬੇਅੰਤ ਖਜ਼ਾਨੇ, ਤੈਨੂੰ ਕੀ ਲੋੜ ਹੈ ਟਿੰਡਾਂ ਦੀ? ਵਿਦਵਾਨਾਂ ਨੇ ਲਿਖਿਆ ਇੱਕ ਟਿੰਡ ਮਹਾਂਪੁਰਸ਼ਾਂ ਨੇ ਆਪਣੇ ਕੋਲੋਂ ਦਿੱਤੀ ਉਹਨਾਂ ਨੂੰ, ਬਾਬਾ ਸਾਹਿਬ ਦਿੱਤਾ ਜੀ ਨੇ ਟਿੰਡ ਦਿੱਤੀ। ਕਹਿਣ ਲੱਗੇ ਵੀਰ ਸਿਆਂ ਇਹ ਟਿੰਡ ਲੈ ਕੇ ਜਿਸ ਵੀ ਖੇਤ ਵਿੱਚ ਜਾਏਗਾ ਨਾ, ਉੱਥੇ ਬਰਸਾਤ ਸ਼ੁਰੂ ਹੋ ਜਾਏਗੀ। ਇਹ ਉਹਨਾਂ ਦੀ ਲਿਖਤ ਦੇ ਵਿੱਚ ਲਿਖਿਆ ਹੋਇਆ ਹੈ, ਬਰਸਾਤ ਸ਼ੁਰੂ ਹੋ ਜਾਏਗੀ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਆਪ ਜੀ ਕਈ ਵਾਰੀ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਪੜ੍ਹਦੇ ਹੋ, ਇਹ ਸੂਰਜ ਚੰਦਰਮਾ ਧਰਤੀ ਆਕਾਸ਼
ਇੰਦਰ ਸਾਰੇ ਮਹਾਂਪੁਰਸ਼ਾਂ ਦੇ ਪ੍ਰਭੂ ਦੇ ਪਿਆਰਿਆਂ ਦੇ ਹੁਕਮ ਵਿੱਚ ਚੱਲਦੇ ਨੇ। ਭੈ ਵਿੱਚ ਪਵਣ ਵਾਹੇ ਸਦਵਾਓ, ਭੈ ਵਿੱਚ ਚੱਲ ਹੈ ਲੱਖ ਦਰਿਆਓ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨ ਅੰਤ, ਸਾਰੇ ਹੁਕਮ ਦੇ ਵਿੱਚ ਨੇ। ਅਤੇ ਜਦੋਂ ਇੱਕ ਟਿੰਡ ਲੈ ਕੇ ਵਾਪਸ ਪਿੰਡ ਪਹੁੰਚੇ ਨਾ, ਅਤੇ ਭਾਈਆਂ ਨੇ ਵੀ ਅੱਗੋਂ ਕਿਹਾ ਵੀਰ ਸਾਹਿਬ ਚੰਗਾ ਕੀਤਾ ਜੀ, ਉਹ ਟਿੰਡਾ ਮੁੱਲ ਲੈਣ ਵਾਸਤੇ ਭੇਜਿਆ ਸੀ ਉਹ ਵੀ ਨਹੀਂ ਲੈ ਕੇ ਆਇਆ, ਲੋਕ ਸਾਨੂੰ ਕੀ ਕਹਿਣਗੇ, ਮਖੌਲ ਕਰਨਗੇ। ਅਜੇ ਉਹ ਤਾਨੇ ਮੀਣੇ ਮਾਰ ਰਹੇ ਸਨ, ਕਹਿੰਦੇ ਬਾਬਾ ਵੀਰ ਸਿੰਘ ਜੀ ਟਿੰਡ ਲੈ ਕੇ ਨਾ ਘਰੋਂ ਨਿਕਲ ਪਏ ਬਾਹਰ, ਅਤੇ ਬਾਹਰ ਖੇਤਾਂ ਵਿੱਚ ਚਲੇ ਗਏ। ਜਿਸ ਖੇਤ ਵਿੱਚ ਜਾਣ ਬਰਸਾਤ ਸ਼ੁਰੂ ਹੋ ਜਾਏ, ਜਿਹੜੇ ਖੇਤ ਵਿੱਚ ਜਾਣ ਮੀਂਹ ਪੈਣਾ ਸ਼ੁਰੂ ਹੋ ਜਾਏ, ਇੰਨੀ ਬਰਸਾਤ ਪਈ ਕਿ ਸਾਰੇ ਖੇਤ ਭਰ ਗਏ। ਆਖਿਰਕਾਰ ਪਿੰਡ ਵਾਲਿਆਂ ਨੇ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ ਹੁਣ ਮੀਂਹ ਬੰਦ ਕਰ ਦਿਓ, ਨਹੀਂ ਤਾਂ ਸਾਰਾ ਦੇਸ਼ ਰੁੜ ਜਾਏਗਾ। ਫਿਰ ਬਾਬਾ ਜੀ ਟਿੰਡ ਲੈ ਕੇ ਵਾਪਸ ਆਏ ਨੇ। ਬਾਬਾ ਜੀ ਦੀ ਇਹ ਜਿਹੜੀ ਸੀ ਕਰਨੀ ਸਾਰੇ ਲੋਕਾਂ ਵਿੱਚ ਦੇਸ਼ ਵਿੱਚ ਐਵੇਂ ਪਸਰ ਗਈ ਜਿਵੇਂ ਸੂਰਜ ਦਾ ਪ੍ਰਕਾਸ਼ ਪਸਰ ਜਾਂਦਾ ਹੈ। ਚਾਰ ਚੁਫੇਰੇ ਜੈ ਜੈਕਾਰ ਹੋਣ ਲੱਗ ਪਈ। ਮਹਾਂਪੁਰਸ਼ ਜਿੱਥੇ ਬੰਦਗੀ ਕਰਦੇ ਸੀ ਹੱਥੀਂ ਸੇਵਾ ਵੀ ਕਰਦੇ ਸਨ, ਔਰ ਮਹਾਨ ਸੂਰਬੀਰ ਯੋਧੇ ਵੀ ਸਨ, ਉੱਥੇ ਸੇਵਾ ਦੇ ਵਿੱਚ ਵੀ ਬਹੁਤ ਤਤਪਰ ਰਹਿੰਦੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਮਹਾਂਪੁਰਸ਼ਾਂ ਦੇ ਮਾਤਾ ਜੀ ਬਿਮਾਰ ਹੋ ਗਏ, ਮਾਤਾ ਧਰਮ ਕੌਰ ਜੀ, ਅਤੇ ਉਸ ਸਮੇਂ ਮਹਾਂਪੁਰਸ਼ ਦਾਸ ਦੇ ਨਗਰ ਪਿੰਡ ਹੁਡਿਆਰੇ ਵਿੱਚ ਸਨ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਵੀ ਪਾਵਨ ਪਵਿੱਤਰ ਨਗਰ ਹੁਡਿਆਰੇ ਵਿੱਚ ਚਰਨ ਪਏ, ਸਤਿਗੁਰਾਂ ਦਾ ਅਸਥਾਨ ਹੈ। ਬਾਬਾ ਵੀਰ ਸਿੰਘ ਜੀ ਹੁਡਿਆਰੇ ਨਗਰ ਵਿੱਚ ਸਨ, ਜਦੋਂ ਸਿਨਿਆ ਮਿਲਿਆ ਕਿ ਮਾਤਾ ਜੀ ਕੁਛ ਢਿੱਲੇ ਨੇ, ਹੋ ਸਕਦਾ ਹੈ ਕਿ ਜ਼ਿਆਦਾ ਸਮਾਂ ਨਾ ਸਰੀਰ ਰਹਿ ਸਕੇ, ਅਤੇ ਬਾਬਾ ਜੀ ਆਪ ਉੱਥੋਂ ਚੱਲ ਕੇ ਆਏ ਸੰਗਤਾਂ ਦੇ ਸਮੇਤ, ਆ ਕੇ ਮਾਤਾ ਜੀ ਦੀ ਹਾਥ ਸੇਵਾ ਵਿੱਚ ਹਾਜ਼ਰ ਹੋਏ। ਮੇਰੀਆਂ ਬੱਚੀਆਂ, ਮੇਰੀਆਂ ਭੈਣਾਂ, ਵੀਰ ਬਜ਼ੁਰਗ ਬੈਠੇ ਨੇ, ਬਜ਼ੁਰਗਾਂ ਦੀ ਸੇਵਾ ਬਹੁਤ ਮਹਾਨ ਸੇਵਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਬੜੇ ਕਮਾਲ ਦੇ ਬਚਨ ਕਹੇ ਨੇ, ਉਹ ਕਹਿੰਦਾ ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਨਾਵਣ, ਅੱਠ ਸੱਠ ਤੀਰਥ ਘੁੰਮਣ ਵਾਣੀ, ਮਾਂ ਪਿਓ ਪਰ ਹਰ ਕਰੇ ਪੂਜ, ਬੇਈ ਮਾਨ ਅਗਿਆਨ ਪੁਰਾਣੀ। ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਗੁਰੂ ਦੀ ਉਹਨੇ ਸਾਰ ਨਹੀਂ ਜਾਣੀ, ਜਿਹਨੇ ਮਾਤਾ ਪਿਤਾ ਨੂੰ ਤਿਆਗ ਕੇ ਕਿਹਾ ਕਿ ਮੈਂ ਤੀਰਥ ਯਾਤਰਾ 'ਤੇ ਜਾਣਾ, ਘਰ ਵਿੱਚ ਬਜ਼ੁਰਗ ਮਾਪੇ ਬੈਠੇ ਨੇ, ਕਵੇ ਕਿ ਮੈਂ ਦਾਨ ਪੁੰਨ ਕਰਨਾ, ਘਰ ਕ ਵਿੱਚ ਬਜ਼ੁਰਗ ਬੈਠੇ ਮਾਪੇ ਨੇ, ਅਤੇ ਕਵੇ ਕਿ ਮੈਂ ਹੋਰ ਅਨੇਕ ਪ੍ਰਕਾਰ ਦੇ ਸਾਧਨ ਕਰਨੇ ਨੇ। ਭਾਈ ਸਾਹਿਬ ਕਹਿੰਦੇ ਉਹ ਬੇਈਮਾਨ ਹੈ, ਕਿਉਂਕਿ ਮਾਤਾ ਪਿਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਔਰ ਬਜ਼ੁਰਗ ਤੋਂ ਹੱਥੋਂ ਲੈਂਦੇ ਕੁਝ ਨਹੀਂ, ਆਪਣੀਆਂ ਅਸੀਸਾਂ ਬਖਸ਼ਿਸ਼ ਕਰਦੇ ਨੇ, ਉਹ ਅਸੀਸਾਂ ਜਿਹੜੀਆਂ ਕਿਤੇ ਕਰੋੜ ਨੂੰ ਵੀ ਮੁੱਲ 'ਤੇ ਨਹੀਂ ਮਿਲਦੀਆਂ। ਬਾਬਾ ਜੀ ਨੇ ਆਪ ਆਣ ਕੇ ਮਾਤਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ, ਅਤੇ ਅਖੀਰਲੇ ਸਵਾਸਾਂ ਤੱਕ ਮਾਤਾ ਜੀ ਦੀ ਸੇਵਾ ਕਰਦੇ ਰਹੇ। ਐਸੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।
ਅੱਜ ਸਾਡੇ ਬਜ਼ੁਰਗ ਸਾਡੇ ਘਰਾਂ ਵਿੱਚ ਨੇ। ਮੈਂ ਕਈ ਵਾਰੀ ਬੇਨਤੀ ਕਰਦਾ, ਗੁਰੂ ਪੀਰਾਂ ਦੀ ਧਰਤੀ ਹੈ ਅਤੇ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਬਿਰਧ ਘਰ ਬਣਨੇ ਬੜੀ ਸ਼ਰਮ ਦੀ ਗੱਲ ਹੈ। ਜਿਨ੍ਹਾਂ ਬਜ਼ੁਰਗਾਂ ਨੇ ਸਾਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਹੈ, ਸਾਨੂੰ ਲਿਖਾਇਆ ਪੜ੍ਹਾਇਆ, ਸਾਨੂੰ ਪਾਲਿਆ ਹੈ, ਜੀਵਨ ਵਿੱਚ ਕਾਮਯਾਬ ਕਰਨ ਵਾਸਤੇ ਪੂਰਾ ਯਤਨ ਕੀਤਾ ਹੈ ਕਿ ਅਸੀਂ ਉਹਨਾਂ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਸਕਦੇ, ਬਜ਼ੁਰਗੀ ਵਿੱਚ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕਦੇ। ਬੜੇ ਅਫਸੋਸ ਦੀ ਗੱਲ ਹੈ। ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਹੈ, ਕਿਉਂਕਿ ਜਿਨ ਕੇ ਦਿਨ ਮਨਾਤੇ ਹੋ ਉਨਕਾ ਇਰਸ਼ਾਦ ਵੀ ਸਮਝੋ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਸਤਿਕਾਰਯੋਗ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਦਾ ਆਪ ਜੀ 250ਵਾਂ ਜਨਮ ਦਿਹਾੜਾ ਮਨਾ ਰਹੇ ਹੋ, ਉਹਨਾਂ ਦੇ ਜੀਵਨ ਤੋਂ ਇੱਕ ਵੀ ਗੁਣ ਗ੍ਰਹਿਣ ਕਰਕੇ ਚਲੇ ਜਾਓ। ਇਹ ਮਨਾਏ ਹੋਏ ਸਾਡੇ ਜਿਹੜੇ ਦਿਹਾੜੇ ਨੇ ਇਹ ਸਫਲੇ ਹੋਣਗੇ। ਮਹਾਂਪੁਰਸ਼ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ, ਉਹ ਵੀ ਸੰਗਤਾਂ ਦੇ ਸਮੇਤ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਨੇ, ਬੇਅੰਤ ਬੁਲਾਰੇ ਨੇ। ਮਹਾਂਪੁਰਸ਼ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਹੁਕਮ ਹੋਇਆ ਸੀ ਕਿ ਖੁੱਲ੍ਹਾ ਸਮਾਂ ਸੰਗਤਾਂ ਦੇ ਦਰਸ਼ਨ ਕਰਨੇ ਨੇ, ਪਰ ਬੁਲਾਰਿਆਂ ਵੱਲੇ ਦੇ ਕੇ ਦਾਸ ਅੱਗੇ ਨਾ ਜਾਵੇ। ਇਤਨੇ ਇੱਕ ਸ਼ਬਦ ਪ੍ਰਵਾਨ ਕਰਦੇ ਹੋਏ, ਪਿਆਰ ਸਤਿਕਾਰ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।